ਦਿਲ ਤਾਂ ਕਰਦਾ ਸੀਗਾ ਪਰ ਮੈਨੂੰ ਇੰਨੀ ਸਮਝ ਨਹੀਂ ਸੀ ਕਬੱਡੀ ਦੀ। ਜੀ ਪਰ ਰੈਸਲਿੰਗ ਦੇ ਨਾਲ ਜਿੱਦਾਂ ਮੈਨੂੰ ਸਮਝ ਆਉਣ ਲੱਗ ਪਈ ਕਿ ਕੀ ਕਰਨਾ ਆ, ਟੈਕਨੀਕ ਕੀ ਹੁੰਦੀ ਆ, ਤੇ ਉਹ ਫਿਰ ਹੌਲੀ ਹੌਲੀ ਮੇਰੇ ਕੋਚ ਸਾਹਿਬ ਨੇ, ਜਿੱਦਾਂ ਕੋਚ ਗੋਪਾਲ ਸਿੰਘ ਆਪਣੇ ਗੋਪਾਲ ਜੀ ਡੀਏਵੀ ਤੋਂ, ਜੀ ਤੇ ਕੋਚ ਸਾਹਿਬ ਮੇਰੇ ਆ ਆਤਮ ਪ੍ਰਕਾਸ਼ ਸਾਹਿਬ, ਜੀ ਉਹ ਰੈਸਲਿੰਗ ਦੇ ਕੋਚ ਆ, ਤੇ ਅਮਨਦੀਪ ਸਿੰਘ, ਉਹਨਾਂ ਨੇ ਬਹੁਤ ਜਿੱਦਾਂ ਸ਼ੁਰੂ ਦੇ ਜਿਹੜੇ ਪਲ ਹੁੰਦੇ ਨਾ ਭਾਜੀ ਜੀ ਕਿਸੇ ਵੀ ਸਟਰਗਲ ਦੇ, ਕੋਈ ਵੀ ਗੇਮ ਆ ਉਹ ਨੀ ਭੁੱਲਦੇ ਬੰਦੇ ਨੂੰ, ਬਿਲਕੁਲ ਸਹੀ ਗੱਲ ਜੀ। ਉਹਨਾਂ ਨੇ ਮੈਨੂੰ ਮਤਲਬ ਕਿ ਇੱਕ ਪ੍ਰੋਫੈਸ਼ਨਲ ਪਲੇਅਰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਉਹਨਾਂ ਦਾ, ਅਮਨਦੀਪ ਤੇ ਮੇਰੇ ਆਤਮ ਪ੍ਰਕਾਸ਼ ਜੀ ਦਾ। ਕੀ ਬਾਤ ਹੈ ਜੀ। ਤਾਊ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਕਿ ਤਾਊ ਤਾਊ ਨਾਂ ਕਿੱਦਾਂ ਪਏ ਯਾਰ? ਹਰਦੀਪ ਸਿੰਘ ਤੋਂ ਤੁਹਾਡਾ ਨਾਂ ਤਾਊ ਹੋ ਗਿਆ, ਕਿਉਂਕਿ ਹਰਦੀਪ ਦੇ ਨਾਂ ਨਾਲ ਬਹੁਤ ਲੋਕ ਨਹੀਂ ਤੁਹਾਨੂੰ ਜਾਣਦੇ, ਜਿਹੜੇ ਬਹੁਤੇ ਕਲੋਜ਼ ਆ ਉਹਨਾਂ ਨੂੰ ਪਤਾ ਹਰਦੀਪ ਸਿੰਘ ਤੁਹਾਡਾ ਨਾਂ ਆ। ਤਾਊ ਨਾਂ ਕਿਵੇਂ ਪਿਆ ਤੇ ਤੁਹਾਡਾ ਪਿੰਡ ਇੱਕ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿਹੜੇ ਜ਼ਿਲ੍ਹੇ 'ਚ ਪੈਂਦਾ? ਪਹਿਲਾਂ ਪਿੰਡ ਬਾਰੇ ਦੱਸਦਾ ਭਾਜੀ, ਪਿੰਡ ਮੇਰਾ ਪੈਂਦਾ ਇੱਕ ਕਪੂਰਥਲੇ 'ਚ ਜੀ, ਮੇਰੇ ਪਿੰਡ ਦੇ ਨੇੜੇ ਨੇੜੇ, ਜਿੱਦਾਂ ਤੁਹਾਡੇ ਪਿੰਡ ਤੋਂ 25 ਕੁ ਕਿਲੋਮੀਟਰ ਦੂਰ ਆ, ਉਦਾਂ ਦਰਸ਼ਕਾਂ ਨੂੰ ਸ਼ਾਇਦ ਨਹੀਂ ਪਤਾ ਜੀ। ਤੇ ਮੇਰੇ ਪਿੰਡ ਦੇ ਆਲੇ ਦੁਆਲੇ ਜਿੱਦਾਂ ਹੈਗੇ ਆ ਸਿਧਵਾਂ ਜੀ, ਮੋਠਾਂਵਾਲ ਤੇ ਡਡਵਿੰਡੀ ਖੇੜਾ ਮੰਦਰ ਬਿਹਾਰੀਪੁਰ, ਇਹ ਬਿਹਾਰੀਪੁਰ ਜੀ, ਇਹ 5 ਪਿੰਡ ਜਿਹੜੇ ਆ ਇੰਟਰਨੈਸ਼ਨਲ ਪਲੇਅਰਾਂ ਦਾ ਗੜ ਰਿਹਾ ਇਹ। ਬਿਲਕੁਲ, ਕਬੱਡੀ ਦਾ ਗੜ ਹੈ ਜੀ। ਹਾਂਜੀ, ਸਿਧਵਾਂ, ਬਿਹਾਰੀਪੁਰ, ਖੇੜਾ ਦੋਨਾ, ਮੋਠਾਂ, ਡਡਵਿੰਡੀ, ਬਿਲਕੁਲ, ਤਾਂ ਇਹਨਾਂ ਦੇ ਬਿਲਕੁਲ ਸੈਂਟਰ ਚ ਜੀ। ਕੀ ਬਾਤ ਹੈ, ਕੀ ਬਾਤ ਹੈ। ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੁਹਾਡਾ ਪਿੰਡ, ਹਾਂਜੀ, ਔਰ ਕਬੱਡੀ ਦੇ ਗੜ ਚ ਕਹਿ ਸਕਦੇ ਹੋ ਤੁਹਾਡਾ ਪਿੰਡ ਪੈਂਦਾ। ਹਾਂਜੀ, ਤੇ ਦੂਸਰਾ ਜਿਹੜਾ ਮੇਰਾ ਨਾਂ ਪਿਆ ਜੀ, ਉਹ ਤੁਸੀਂ ਉਹ ਮੁੰਡੇ ਨੂੰ ਜਾਣਦੇ ਆ ਜੀ, ਉਹਦਾ ਮੁੰਡਾ ਕੇਸਰ ਹੁੰਦਾ ਸੀ ਖੇਡਦਾ ਜੀ, ਹਾਂਜੀ, ਡੀਏਵੀ ਕਾਲਜ ਵੱਲੋਂ ਖੇਡਣਾ ਸੀ, ਉਹ 2006 ਚ ਆਇਆ ਸੀ ਇੱਥੇ ਖੇਡਣ, ਕੈਨੇਡਾ, 5 ਵੀ ਆਇਆ ਸੀਗਾ, 6 ਚ ਵੀ ਆਇਆ ਸੀਗਾ, ਉਹ ਟੋਰਾਂਟੋ ਰਹਿੰਦਾ ਜੀ। ਤੇ ਬਸ ਉਹ ਏਦਾਂ ਜਿੱਦਾਂ ਆਪਾਂ ਬੈਠੇ ਖਲੋਤੇ ਆਪਾਂ ਗੱਲ ਕਰਦੇ ਨਾ, ਕਿ ਉਹ ਮੈਨੂੰ ਆਪਣੇ ਕੋਛੜ ਸਾਹਿਬ ਨੇ ਕਈ ਵਾਰੀ ਮੇਰਾ ਨਾਂ ਲੈ ਦੇਣਾ ਹਰਵਿੰਦਰ ਜੀ, ਕਈ ਵਾਰ ਲੈ ਦੇਣਾ ਹਰਦੀਪ, ਉਹ ਮੁੰਡੇ ਕਹਿੰਦੇ ਨਹੀਂ ਯਾਰ ਏਦਾਂ ਗੱਲ ਜੀ ਨੀ ਬਣਦੀ। ਤੇ ਉਹਨਾਂ ਨੇ ਨਾ ਪਹਿਲਾਂ ਤਾਂ ਮੇਰਾ ਨਾਂ ਜਿੱਦਾਂ ਉਹਨਾਂ ਨੇ ਰੱਖਿਆ ਉਦਾਂ ਹੀ ਤਾਇਆ ਤਾਇਆ ਕਹਿਣ ਲੱਗ ਪਏ, ਕਿਉਂਕਿ ਹਾਈਟ ਲੰਬੀ ਸੀ, ਹਾਂਜੀ, ਤੇ ਜਵਾਨ ਦੇਖਣ ਨੂੰ ਸੁਖਣਾ ਜ਼ਿਆਦਾ ਸੀ, ਉਹਨਾਂ ਨੇ ਕਿਹਾ ਵੀ ਤਾਇਆ ਤਾਇਆ। ਹਾਂਜੀ, ਤੇ ਉਹ ਕੁਛ ਇੱਥੇ ਹਰਿਆਣੇ ਦੇ ਮੁੰਡੇ ਸੀਗੇ ਜੀ, ਤੇ ਜਿਹੜਾ ਹੈ ਨਾ ਡੀਏਵੀ ਕਾਲਜ ਦੇ ਵਿੱਚ ਆਪਣਾ ਜੋ ਵੀ ਹੁੰਦਾ ਸੀਗਾ ਕੈਂਪ ਲੱਗਾ ਹੁੰਦਾ ਸੀਗਾ ਜੀ, ਜਲੰਧਰ ਡੀਏਵੀ ਕਾਲਜ, ਹਾਂਜੀ, ਜਲੰਧਰ ਡੀਏਵੀ ਜੀ, ਤੁਸੀਂ ਵੀ ਤਾਂ ਸਪੋਰਟਸ ਦੇ ਵਿੱਚ ਆਪਣੇ ਐਥਲੈਟਿਕ 'ਚ ਰਹੇ ਆ ਜੀ, ਤਾਂ ਜਿਹੜਾ ਉਹ ਮਾਹੌਲ ਹੁੰਦਾ ਆ ਉਹ ਅਲੱਗ ਹੀ ਹੁੰਦਾ, ਉਹ ਦੁਨੀਆ ਅਲੱਗ ਹੁੰਦੀ ਆ। ਬਿਲਕੁਲ, ਤਾਂ ਉੱਥੇ ਹਰਿਆਣੇ ਦੇ ਮੁੰਡੇ ਸੀਗੇ, ਉਹ ਕਹਿੰਦੇ ਕਿ ਮੇਰੇ ਕੋਲ ਉੱਥੇ ਨਾ ਹਿਸਾਬ ਕਿਤਾਬ ਸੀਗਾ ਸਾਰਾ ਅਕੈਡਮੀ ਦਾ ਜੀ, ਦੁੱਧ ਦੇਣਾ ਮੁੰਡਿਆਂ ਨੂੰ, ਬ੍ਰੇਕਫਾਸਟ ਕਿਹਨੂੰ ਦੇਣਾ, ਕਿੰਨੇ ਮਿਹਨਤ ਕੀਤੀ ਕਿੰਨੇ ਨਹੀਂ ਕੀਤੀ ਜੀ, ਤਾਂ ਉਹ ਕਹਿੰਦੇ ਸਾਡੇ ਘਰ ਦੇ ਵਿੱਚ ਜਿਹੜਾ ਸਿਆਣਾ ਬਜ਼ੁਰਗ ਹੁੰਦਾ ਉਹਨੂੰ ਤਾਊ ਕਹਿੰਦੇ ਆ, ਕਿ ਤੂੰ ਸਾਰੀ ਉਹ ਕਰਨਾ ਐਕਟੀਵਿਟੀ ਇੱਥੇ ਜੀ, ਤੇ ਉੱਥੋਂ ਫੇਰ ਸ਼ੁਰੂਆਤ ਹੋਈ ਨਾਮ ਦੀ। ਕੀ ਬਾਤ ਹੈ ਜੀ, ਤਾਊ ਨਾਂ ਡੀਏਵੀ ਕਾਲਜ ਤੋਂ ਤੁਹਾਨੂੰ ਮਿਲਿਆ, ਕਿਉਂਕਿ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਜਿਹੜਾ ਨਾਂ ਆ ਨਾਂ ਤੁਹਾਨੂੰ ਕੁਛ ਨਾ ਕੁਛ ਦਰਸਾਉਂਦਾ ਆ, ਹਮੇਸ਼ਾ ਜਿਹੜੇ ਸਾਡੇ ਤਿੰਨ ਸਾਡੇ ਨਾਵਾਂ ਦੇ ਵਿੱਚ ਹਰਦੀਪ ਤੁਹਾਡੀ ਫੈਮਿਲੀ ਨੇ ਤੁਹਾਡੇ ਫਾਦਰਸ ਦੇ ਨਾਂ ਦਿੱਤਾ, ਜਿਹੜਾ ਸਿੰਘ ਆ ਉਹ ਸਾਨੂੰ ਸਾਡੇ ਦਸ਼ਮੇਸ਼ ਪਿਤਾ ਨੇ ਨਾਂ ਦਿੱਤਾ, ਮੁੜ ਕੇ ਤੁਹਾਡਾ ਸਰਨੇਮ ਹੋ ਜਾਂਦਾ ਉਹ ਤੁਹਾਡੀ ਫੈਮਿਲੀ ਦਾ ਨਾਂ ਹੁੰਦਾ, ਪਰ ਤੁਹਾਡੇ ਨਾਲ ਤਾਊ ਜੁੜਿਆ ਤਾਂ ਡੀਏਵੀ ਕਾਲਜ ਤੋਂ, ਕਿਉਂਕਿ ਹਰਿਆਣੇ ਦੀਆਂ ਗੱਲਾਂ ਬਹੁਤ ਜ਼ਿਆਦਾ, ਕਿਉਂਕਿ ਤਾਊ ਕਹਿ ਦਿੰਦੇ ਸੀਨੀਅਰ ਨੂੰ, ਇਹ ਵੀ ਅੱਜ ਸਾਡੇ ਦਰਸ਼ਕਾਂ ਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਆ ਤੁਹਾਡੇ ਕੋਲੋਂ, ਕਿਉਂਕਿ ਜਾਣਕਾਰੀ 'ਚ ਵਾਧਾ ਪਿਆ ਐਕਚੁਲੀ ਕਿ ਤਾਊ ਕਿਵੇਂ ਤੁਹਾਡਾ ਨਾਂ ਪਿਆ। ਸੋ ਕਬੱਡੀ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਬਾਸਕਟਬਾਲ, ਇਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਬਾਸਕਟਬਾਲ ਖੇਡੇ ਤੋਂ ਬਾਅਦ 'ਚ ਫਿਰ ਕਬੱਡੀ ਸ਼ੁਰੂ ਕੀਤੀ ਹੈ? ਇਹ 2002 ਦੀ ਗੱਲ ਹੈ ਭਾਜੀ, 2002 ਦੇ ਵਿੱਚ ਮੈਂ ਬਾਸਕਟਬਾਲ ਛੱਡ ਕੇ ਫਿਰ ਮੈਂ ਰੈਸਲਿੰਗ ਕਰਨ ਲੱਗ ਪਿਆ, 1 ਸਾਲ ਕੀਤੀ ਰੈਸਲਿੰਗ ਪੂਰੀ ਜੀ, ਉਸ ਤੋਂ ਬਾਅਦ 'ਚ ਟ੍ਰਾਇਲ ਆ ਗਿਆ 2003 ਦੇ ਵਿੱਚ ਜੀ, ਰੈਸਲਿੰਗ ਦੇ ਨਹੀਂ ਟ੍ਰਾਇਲ, ਕਬੱਡੀ, ਕਬੱਡੀ ਦੇ, ਅੱਛਾ, ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੀਫੋਰਨੀਆ, ਹਾਂਜੀ ਹੁੰਦੀ ਸੀ, ਹਾਂਜੀ, ਆਪਣੇ ਲਸ਼ਰ ਬ੍ਰਦਰ ਜੀ, ਬਿਲਕੁਲ, ਉਹਨਾਂ ਨੇ ਉੱਥੇ ਚਲਾਈ ਸੀ, ਹਾਂਜੀ, ਕਾਫੀ ਸਾਲ ਚੱਲਦੀ ਰਹੀ ਉੱਥੇ, ਹਾਂਜੀ, ਹੁਣ ਵੀ ਚੱਲ ਰਹੀ ਸਟਿਲ ਜੀ, ਤੇ ਪਰ ਹੁਣ ਮੁੰਡੇ ਥੋੜੇ
ਉਹਨਾਂ ਤੋਂ ਪਹਿਲਾਂ ਕਾਕਾਕਾਰੀ ਸਾਰੀ ਉੱਥੇ ਆਉਂਦਾ ਹੁੰਦਾ ਸੀ, ਉਹਨਾਂ ਨੇ ਸ਼ੁਰੂ ਕੀਤੀ ਸੀ ਪਹਿਲਾਂ ਕਾਕਾਕਾਰੀ ਸਾਰੀ ਕੀਪਾ ਜੀ ਤੇ ਸਿਕੰਦਰ ਬਿਲਕੁਲ ਬਹੁਤ ਵਧੀਆ ਟੀਮ ਹੁੰਦੀ ਸੀ, ਬਹੁਤ ਵਧੀਆ ਟੀਮ ਸੀਗੀ ਹਾਂਜੀ। ਤੇ ਉਹ ਉੱਥੇ ਇੱਕ ਮੌਕਾ ਮਿਲਦਾ ਸੀਗਾ ਬਿਲਕੁਲ ਨਵੇਂ ਪਲੇਅਰਾਂ ਨੂੰ, ਬਿਲਕੁਲ ਜੀ, ਮੈਂ ਬਿਲਕੁਲ ਨਵਾਂ ਪਲੇਅਰ ਵੀ ਨਹੀਂ ਸੀ, ਮੈਂ ਤਾਂ ਰੈਸਲਰ ਸੀਗਾ ਜੀ। ਤਾਂ ਮੈਂ ਜਦੋਂ ਉੱਥੇ ਗਿਆ ਆਪਣੇ ਮੇਰੇ ਕੋਲ ਓਪਰਚੁਨਿਟੀ ਹੈ ਨਹੀਂ ਸੀ ਹੋਰ ਕੋਈ ਵੀ, ਕਿਉਂਕਿ ਪਿੰਡ ਦੀ ਟੀਮ ਹੈ ਨਹੀਂ ਮੇਰੇ ਜੀ। ਤੁਸੀਂ ਸਟਿਲ ਹਜੇ ਤੁਹਾਨੂੰ ਦੱਸਦਾ ਕਿ ਮੈਂ ਕਪਤਾਨੀ ਕੀਤੀ ਜੀ 5 ਸਾਲ ਵੈਨਕੂਵਰ ਦੀ, ਹਾਂਜੀ ਚਲੋ ਓਦਾਂ ਦੱਸਦਾ ਵੈਸੇ ਹਾਂਜੀ, ਕੈਨੇਡਾ ਦੀ ਵੀ ਕਰਨ ਦੀ ਕਪਤਾਨੀ ਮੈਨੂੰ ਚਲੋ ਫੈਡਰੇਸ਼ਨ ਨੇ ਇੱਕ ਮੌਕਾ ਦਿੱਤਾ ਕਿ ਤੂੰ ਕੈਨੇਡਾ ਦੀ ਕਪਤਾਨੀ ਕਰ, ਮੇਰੇ ਤੇ ਜ਼ਿੰਮੇਵਾਰੀ ਸੰਭਾਲ ਸਕਦਾ ਹੈ, ਮੈਨੂੰ ਦਿੱਤਾ ਮੌਕਾ ਉਹਨਾਂ ਨੇ ਜੀ। ਸਟਿਲ ਮੇਰੇ ਪਿੰਡ ਦੇ ਵਿੱਚ ਇੱਕ ਗਰਾਊਂਡ ਆ ਜਿੱਥੇ ਅਜੇ ਤੱਕ ਕੋਈ ਨੀ ਖੇਡਦਾ। ਅੱਛਾ ਜੀ, ਮਤਲਬ ਕਿ ਮੈਂ ਪਿੰਡ ਨੀ ਪ੍ਰੈਕਟਿਸ ਕੀਤੀ ਕਦੇ ਵੀ ਨੀ, ਪਹਿਲਾਂ ਮੈਂ ਆਰਸੀਐਫ ਕੀਤੀ ਫਿਰ ਮੈਂ ਜਲੰਧਰ ਲੈ ਗਿਆ ਸੀਗਾ ਜੀ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਉੱਥੋਂ ਅਕੈਡਮੀ ਚੋਂ ਫਿਰ ਤੁਹਾਡਾ ਨਾਮ ਆਉਣਾ ਸ਼ੁਰੂ, ਗੇਮ ਸ਼ੁਰੂ ਕੀਤੀ ਅਕੈਡਮੀ ਵੱਲੋਂ, ਪਹਿਲੇ ਮੈਚ ਸ਼ੁਰੂ ਕੀਤੇ? ਹਾਂਜੀ, ਪਹਿਲਾਂ ਮੈਂ ਨਾਲ ਦੇ ਪਿੰਡ ਵੱਲੋਂ ਖੇਡਿਆ ਇੱਕ ਦੋ ਮੈਚ ਜੀ, ਤਾਂ ਉੱਥੇ ਜਿੱਦਾਂ ਕੁਛ ਸੀਨੀਅਰ ਪਲੇਅਰ ਆਏ ਸੀਗੇ, ਹਾਂਜੀ, ਤਾਂ ਉਹਨਾਂ ਨੇ ਮੇਰੇ ਬ੍ਰਦਰ ਨੂੰ ਕਿਹਾ, ਕਹਿੰਦੇ ਕਿ ਮੈਚ ਵਧੀਆ ਲੱਗ ਗਿਆ ਸੀਗਾ, ਮੇਰੇ ਬ੍ਰਦਰ ਨੂੰ ਕਿਹਾ ਕਿ ਇੱਥੇ ਜ਼ੋਰ ਲਾ, ਵੱਡਾ ਬ੍ਰਦਰ ਮੇਰਾ ਲਖਵਿੰਦਰ ਇੱਥੇ ਰਹਿੰਦਾ ਆਪਣੇ ਸਿਆਟਲ ਜੀ। ਫਿਰ ਬ੍ਰਦਰ ਨੇ ਪੂਰਾ 1 ਸਾਲ ਦਿੱਤਾ ਮੈਨੂੰ। ਅੱਛਾ ਜੀ, ਕਹਿੰਦਾ ਕਿ 1 ਸਾਲ ਪੂਰਾ ਦੇਣਾ ਤੈਨੂੰ, ਮੇਰੇ ਫਾਦਰ ਸਾਹਿਬ ਕਵੈਦ ਸੀਗੇ ਜੀ, ਕਹਿੰਦੇ ਨਹੀਂ ਨਹੀਂ ਤਾਂ ਕਵੈਦ ਭੇਜ ਦੇਣਾ, ਨਹੀਂ ਤਾਂ ਕਵੈਦ ਜਾ ਕੇ ਦਿਹਾੜੀਆਂ ਲਾਉਣੀਆਂ ਪੈਣੀਆਂ ਤੁਹਾਨੂੰ ਪਤਾ ਹੈ, ਜਾ ਕੇ ਦਿਹਾੜੀ ਲਾਉਣੀ ਪੈਣੀ, ਕਬੱਡੀ ਵੀ ਸੌਖੀ ਨਹੀਂ ਹੈਗੀ। ਆਹੋ, ਤੇ ਕਬੱਡੀ ਸੌਖੀ ਨਹੀਂ ਭਾਜੀ ਜੀ, ਕਿਉਂਕਿ ਉਦੋਂ ਕੰਪੀਟੀਸ਼ਨ ਬਹੁਤ ਸੀ ਜੀ, ਬਿਲਕੁਲ ਇਸ ਟੂ ਮਚ। ਤੁਹਾਡੇ ਟਾਈਮ 4 ਕਲੱਬਾਂ ਸੀ ਜੀ, ਫੇਰ 8 ਬਣ ਗਈਆਂ ਹੋਣਗੀਆਂ, ਮੈਨੂੰ ਕੁਛ ਟਾਈਮਿੰਗ ਨਹੀਂ ਚੇਤੇ ਚੰਗੀ ਤਰ੍ਹਾਂ ਜੀ। ਜਿਸ ਟਾਈਮ ਮੈਂ ਖੇਡਦਾ ਸੀਗਾ ਉਸ ਟਾਈਮ ਨਵੀਂ ਨਵੀਂ ਫੈਡਰੇਸ਼ਨਾਂ 2 ਹੋਈਆਂ ਸੀ, ਪਰ ਦੋਨਾਂ ਫੈਡਰੇਸ਼ਨਾਂ ਦੇ ਸਿਰਫ 8 ਕਲੱਬਾਂ ਸੀ, 8-8 8-8 ਕਲੱਬਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਇਸ ਟਾਈਮ 50,000 ਮੁੰਡਾ ਕਬੱਡੀ ਖੇਡਦਾ ਆ ਜੀ, 35 ਕਿਲੋ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਜੀ। ਉਸ ਟਾਈਮ ਇੰਨੇ ਬੰਦੇ ਕਬੱਡੀ ਖੇਡਦੇ ਸੀ, ਤੇ ਉਹਨਾਂ 16 ਕਲੱਬਾਂ ਦੇ ਵਿੱਚ ਨਾਂ ਬਣਾਉਣ ਲਈ ਤੁਸੀਂ ਆਪ ਹਿਸਾਬ ਲਾ ਲਓ ਕਿੰਨੀ ਸਟਰਗਲ, ਕਿੰਨੀ ਸਟਰਗਲ ਕਿ ਮੇਰਾ ਨਾਂ ਆ ਜਾਵੇ ਉਸ ਕਲੱਬ ਦੀ। ਤੇ ਉਹ 2 ਸਾਲ ਫਿਰ ਮੇਰੇ 2003 ਤੇ 2004 ਕੋਚ ਗੋਪਾਲ ਸਿੰਘ ਜੀ ਨੇ ਪੂਰਾ ਅਕੈਡਮੀ ਦੇ ਵਿੱਚ ਪੂਰੀ ਮਿਹਨਤ ਕਰਾਈ ਉੱਥੇ, ਤੇ ਫਿਰ 2005 ਦੇ ਵਿੱਚ ਮੈਂ ਖੇਡਿਆ ਪਹਿਲਾ ਕੱਪ ਪਰਸਰਾਮਪੁਰ। ਅੱਛਾ ਜੀ, ਦੈਟ ਵਾਸ ਇੰਟਰਨੈਸ਼ਨਲ ਲਾਈਕ, ਹਾਂਜੀ ਉਹ ਇੰਟਰਨੈਸ਼ਨਲ ਤੁਹਾਡਾ ਜਿਹੜਾ ਟੂਰਨਾਮੈਂਟ, ਕਿਉਂਕਿ ਬਾਹਰੋਂ ਵੀ ਪਲੇਅਰ ਗਏ ਹੁੰਦੇ ਉੱਥੇ, ਉਹ ਕਾਫੀ ਦੇਰ ਚੱਲਦੀ ਰਹੀ ਉੱਥੇ, ਉਹਨਾਂ ਦੇ ਕੱਪ ਹੁੰਦਾ ਰਿਹਾ ਬੜਾ ਵੱਡਾ, ਬਹੁਤ ਵੱਡਾ ਕੱਪ, ਉਹ ਬਾਹਰੋਂ ਜਾ ਕੇ NRI ਭਰਾ ਕਰਾਉਂਦੇ ਹੁੰਦੇ ਸੀ ਪਰਸਰਾਮਪੁਰ ਵਿੱਚ। ਹਾਂਜੀ, ਤੇ ਉੱਥੇ ਫਿਰ ਤੁਸੀਂ ਇਸ ਅਕੈਡਮੀ ਵੱਲੋਂ ਖੇਡੇ, ਤੇ ਕਿਹੜੇ ਸਾਲ ਫਿਰ ਤੁਹਾਡਾ ਗੇੜਾ ਲੱਗਾ ਜਦੋਂ ਤੁਸੀਂ ਬਾਹਰ ਲਈ ਸਿਲੈਕਟ ਹੋਏ ਆ? ਪਹਿਲਾਂ ਇੰਗਲੈਂਡ ਆਏ ਜਾਂ ਕੈਨੇਡਾ? ਮੈਂ ਕੈਨੇਡਾ ਹੀ ਆਇਆ ਸਿੱਧਾ, ਕੈਨੇਡਾ ਕਿਹੜੀ ਕਲੱਬ ਲਈ? ਤੇ ਮੈਂ ਪਹਿਲਾਂ ਮਾਲਟਨ ਸਪੋਰਟਸ ਕਲੱਬ ਟੋਰਾਂਟੋ ਉੱਥੇ ਆਇਆ ਸੀਗਾ ਜੀ, ਤੇ ਮੇਰੀ ਸਿਲੈਕਸ਼ਨ ਕਪੂਰਥਲੇ ਕਬੱਡੀ ਕੱਪ ਹੋਇਆ ਸੀਗਾ 2006 ਦੇ ਵਿੱਚ ਫਰਵਰੀ ਚ ਜੀ, ਉੱਥੇ ਆਪਣੇ ਆਜ਼ਾਦ ਕਬੱਡੀ ਕਲੱਬ ਦੇ ਜਿਹੜੇ ਪ੍ਰਮੋਟਰ ਆ ਉਹ ਗਏ ਹੋਏ ਸੀਗੇ, ਦਾਰਾ ਭਾਜੀ, ਗੁੱਲੂ ਭਾਜੀ ਹੋਣੀ ਜੀ, ਤੇ ਇਹਨਾਂ ਨੇ ਫਿਰ ਉੱਥੇ ਜਿੱਦਾਂ ਮੇਰੇ ਨਾਲ ਗੱਲ ਕੀਤੀ ਕਿ ਤੂੰ ਸਾਡੇ ਵੱਲੋਂ ਖੇਡਣਾ ਆ ਜੀ, ਤੇ ਮੈਂ ਇਹਨਾਂ ਨੂੰ ਮੈਂ ਅੱਜ ਕਹਿ ਦਵਾਂਗਾ, ਮੈਂ ਕਹਿ ਦਿੱਤਾ ਜੀ ਹਾਂਜੀ ਮੈਂ ਖੇਡੂੰਗਾ ਨਾ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਕੋਚ ਸਾਹਿਬ ਬੈਠੇ ਉੱਥੇ, ਮੈਂ ਦੇਖੋ ਜੀ ਰਾਸ਼ਨ ਪਾਣੀ ਖਾਧਾ ਉਹਨਾਂ ਦਾ, ਹਾਂਜੀ, ਤੇ ਅੱਜ ਮੈਂ ਕਹਿ ਦਵਾਂਗਾ ਮੈਂ ਸਟਾਰ ਹੈ ਮੇਰੇ ਨਾਲ ਗੱਲ ਕਰ ਲਓ ਜੀ, ਬਿਲਕੁਲ ਭਾਜੀ ਹੋਣੀ ਕਹਿੰਦੇ ਕਿ ਇਹ ਵੀ ਗੱਲ ਵਧੀਆ ਆ ਕਿ ਤੂੰ ਬਿਲਕੁਲ ਰਿਕਾਰਡ ਕਰਦਾ ਉਹਨਾਂ ਦਾ ਜੀ, ਬਿਲਕੁਲ, ਤੇ ਕੋਚ ਸਾਹਿਬ ਸੀਗੇ ਪੰਮੀ ਕੋਚ ਸਾਹਿਬ, ਉਹਨਾਂ ਨੇ ਜਾ ਗੱਲ ਕੀਤੀ, ਕੋਚ ਸਾਹਿਬ ਨੇ ਫਿਰ ਕਿਹਾ ਕਿ ਇਹਦੇ ਪੇਪਰ ਆਲਰੇਡੀ ਮਾਲਟਨਾਂ ਦੇ ਪਾਉਣੇ ਆ ਜੀ, ਉੱਥੋਂ ਤੁਸੀਂ ਗੱਲ ਕਰ ਲਿਓ ਨਾ, ਰਾਈਟ, ਫਿਰ ਮੈਂ ਉੱਥੋਂ ਟੋਰਾਂਟੋ ਦੇ ਇੱਥੇ ਆਇਆ ਸੀਗਾ। ਜਦੋਂ ਕਦੇ ਵੀ ਤੁਸੀਂ ਇੰਡੀਆ ਤੋਂ ਬਾਹਰ ਜਾ ਕੇ ਖੇਡਦੇ ਆ ਟਫ ਹੋ ਜਾਂਦਾ, ਮੈਂ ਵੀ ਤੁਹਾਨੂੰ ਪਹਿਲੇ ਸਾਲੋਂ ਤੋਂ 2006 ਦੇ ਵਿੱਚ ਜਦੋਂ ਤੁਸੀਂ ਆਏ ਮੈਂ ਦੇਖਿਆ ਖੇਡਦਿਆਂ ਨੂੰ, ਤੁਹਾਨੂੰ ਮੈਂ ਖੁਦ ਵੀ ਤੁਹਾਡੇ ਨਾਲ ਖੇਡਿਆ, ਅਗੇਂਸਟ ਵੀ ਖੇਡਿਆ, ਲੰਮਾ ਜਿਹਾ ਮੁੰਡਾ ਇੱਕ ਆਇਆ ਬਹੁਤ ਵਧੀਆ, ਪਿੱਛੋਂ ਭੱਜ ਕੇ ਲੱਕ ਫੜਨਾ ਬਹੁਤ ਵਧੀਆ, ਦੋਨੇ ਬਾਹਾਂ ਨੂੰ ਉੱਪਰ ਦੀ ਲੌਕ ਲਾ ਦੇਣਾ, ਜਿਹੜੀਆਂ ਉਹ ਫੜਾਈਆਂ ਸੀਗੀਆਂ। ਤੁਸੀਂ ਹੋਰ ਵੀ ਕੋਈ ਗੇਮ ਕਰਦੇ ਸੀ ਰੈਸਲਿੰਗ ਤੋਂ ਵੱਖਰੀ?
ਨਹੀਂ, ਰੈਸਲਿੰਗ ਤੋਂ ਇਲਾਵਾ ਭਾਜੀ ਮੈਂ ਜੁਡੋ ਕੀਤੀ ਹੈ। ਜੁਡੋ ਚ ਮੇਰਾ ਸਿਲਵਰ ਮੈਡਲ ਹੈ ਯੂਨੀਵਰਸਿਟੀ ਚ। ਕੀ ਬਾਤ ਹੈ। ਤੇ ਮਤਲਬ ਕਿ ਕੋਸਾ ਨੂੰ ਜਿਹਦਾ ਨਾ ਹੁਣ ਕਾਲਜ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਕੋਈ ਬੰਦਾ ਨਹੀਂ ਲੱਭਦਾ ਜੀ, ਤੇ ਕੋਸਾ ਨੇ ਮੈਨੂੰ ਕਹਿਣਾ ਕਿ ਲੈ ਜਾਓ। ਹਾਂ ਵੀ ਹਾਈਟ ਠੀਕ ਹੈ, ਮੈਨੂੰ ਰਸਾ ਕਸੀ ਦੇ ਵਿੱਚ ਪਾਇਆ ਜੀ। ਇੱਕ ਤੁਹਾਨੂੰ ਮੈਂ ਇੱਥੇ ਥੋੜ੍ਹਾ ਜਿਹਾ ਨਾ ਦੱਸਦਾ ਆਪਣੇ ਐਕਸਪੀਰੀਅੰਸ ਬਾਰੇ, ਕਾਲਜ ਲਾਈਫ ਬਾਰੇ ਜੀ। ਰਸਾ ਕਸੀ ਚ ਮੈਨੂੰ ਪਾਤਾ ਤੇ ਉਹ ਆਪਣਾ ਸਰੀਰ ਹੁੰਦਾ ਹੈ, ਹਰੇਕ ਗੇਮ ਦੀ ਹਰੇਕ ਬੋਡੀ ਲੈਂਗੁਏਜ ਹੁੰਦੀ ਹੈ ਜੀ, ਬਿਲਕੁਲ। ਜੁਡੋ ਮੇਰੇ ਲਈ ਸੌਖੀ ਸੀ ਕਿਉਂਕਿ ਮੈਂ ਰੈਸਲਿੰਗ ਕੀਤੀ ਸੀ। ਰਸਾ ਕਸੀ ਤੇ ਮੈਨੂੰ ਬਿੰਡੀ ਤੇ ਲਾ ਤਾ। ਅੱਛਾ। ਜਦੋਂ ਮੈਨੂੰ ਲਾਇਆ ਉਹਨਾਂ ਨੇ ਤੇ ਮੇਰੀ ਲੱਤ ਦੀ ਪਿੰਨੀ ਚੜ ਗਈ ਇੱਕ ਦੀ। ਅੱਛਾ ਜੀ। ਤੇ ਮੈਂ ਕੋਸਾ ਨੂੰ ਕਹਿੰਦਾ ਕੋਸਾ ਪਿੰਨੀ ਚੜ ਗਈ ਜੀ, ਕਹਿੰਦੇ ਨਹੀਂ ਨਹੀਂ ਤੂੰ ਸਟਿਲ ਫੜੀ ਰੱਖ ਕੇ ਬਸ 2 ਮਿੰਟ ਹੋ ਰਿਹਾ, ਨਾਲ ਹੀ ਮੇਰੀ ਦੂਜੀ ਲੱਤ ਦੀ ਪਿੰਨੀ ਚੜ ਗਈ, ਮੈਂ ਰਸਾ ਛੱਡਤਾ। ਅੱਛਾ। ਰਸਾ ਛੱਡ ਦਿੱਤਾ ਮੈਂ ਤਾਂ, ਕਹਿੰਦਾ ਮਤਲਬ ਕਿ ਮੈਂ ਜੁਡੋ ਵੀ ਕੀਤੀ ਰਸਾ ਕਸੀ ਵੀ ਕੀਤੀ ਇਸ ਕਰਕੇ ਸਿਰਫ ਇੱਕ ਫਿਟਨੈਸ ਕਰਕੇ। ਐਗਜ਼ੈਕਟਲੀ। ਇੱਕ ਫਿਟਨੈਸ ਕਰਕੇ ਤੇ ਇੱਕ ਕੋਚ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਸੀਗਾ, ਮੈਂ 2 ਸਾਲ ਪੂਰੇ ਉਹਨਾਂ ਨੇ ਵੀ ਕੋਈ ਪਲੇਅਰ ਨਾ ਕਬੱਡੀ ਸਟਾਰਟ ਕਰਦਾ ਆ ਉਹ ਪਹਿਲਾਂ ਇੱਕ ਗੱਲ ਪੁੱਛਦਾ ਆ, ਪਹਿਲੇ ਦਿਨ ਜਿਹਨੇ ਜਿਮ ਜਾਣਾ ਹੁੰਦਾ ਹਜੇ ਗਿਆ ਨੀ ਹੁੰਦਾ, ਹਜੇ ਰੋਡ ਨੂੰ ਹੱਥ ਲਾ ਕੇ ਦੇਖਿਆ ਹੁੰਦਾ ਕਿ ਰੋਡ ਕਿੰਨੇ ਫੁੱਟ ਦੀ ਰੋਡ ਆ, ਕਿੰਨੀ ਭਾਰੀ ਰੋਡ ਹੁੰਦੀ ਆ, ਰੋਡ ਕਿੰਨੇ ਕਿਲੋ ਦੀ ਆ, ਪਲੇਟ ਕਿੰਨੇ ਕਿਲੋ ਦੀ ਆ, ਭਾਈ ਸਮਾਨ ਹੈਗਾ। ਹਾਂਜੀ ਐਗਜ਼ੈਕਟਲੀ। ਸਪਲੀਮੈਂਟਸ ਬਾਰੇ ਜਾਂ ਹੋਰ ਚੀਜ਼ਾਂ ਜਿਹੜੀਆਂ ਸਟੂਡੈਂਟ ਵਗੈਰੇ ਉਹ ਪੁੱਛਣ ਲੱਗ ਪਏ, ਉਹ ਆਪਾਂ ਬਾਅਦ ਚ ਗੱਲ ਕਰਾਂਗੇ ਉਹਦੇ ਬਾਰੇ, ਪਰ ਮੈਂ ਇਹ ਕਹਿੰਦਾ ਕਿ ਉਹ ਇਹ ਸੋਚ ਕੇ ਕਬੱਡੀ ਖੇਡਣੀ ਸ਼ੁਰੂ ਕਰਦੇ ਆ ਕਿ ਅਸੀਂ ਬਾਹਰ ਜਾਣਾ ਆ, ਪਰ ਇਹ ਸੋਚ ਕੇ ਨਹੀਂ ਸ਼ੁਰੂ ਕਰਦੇ ਕਿ ਚਲੋ ਜੇ ਬਾਹਰ ਨਾ ਜਾਓਗੇ ਕਮ ਸੇ ਕਮ ਇੱਕ ਵਧੀਆ ਤੁਹਾਡਾ ਸਰੀਰ ਬਣ ਜਾਊਗਾ, ਹੋਰ ਕੁਛ ਨੀ, ਖੇਤੀਬਾੜੀ ਕਰੋਗੇ ਕੋਈ, ਆਪਾਂ ਇੱਥੇ ਆ ਸਾਰੇ। ਬਿਲਕੁਲ। ਮੈਂ ਟਰੱਕ ਚਲਾਉਣਾ ਭਾਜੀ ਹੁਣ ਰਾਈਟ ਨਾਓ ਜੀ, ਠੀਕ ਹੈ। ਕਿੰਨੇ ਲੋਕ ਇੰਡੀਆ ਤੋਂ ਜਿਹੜੇ ਇੱਥੇ ਆਉਂਦੇ ਆ ਜਿਹੜਾ ਉਹ ਗਵਰਨਮੈਂਟ ਜੋਬ ਆ ਜੀ? ਬਹੁਤ ਘੱਟ ਹੈ ਹੀ ਨਹੀਂ, ਹੈ ਨਹੀਂ ਨਾ, ਬਹੁਤ ਘੱਟ, 2-4-5%, ਠੀਕ ਹੈ ਜੀ। ਲੈਂਡਸਕੇਪਿੰਗ ਕਰਦੇ ਆ ਜੀ, ਸਾਰੇ ਇੱਥੇ ਜਿਹੜੇ ਕਿੱਤੇ ਆ ਇੰਗਲਿਸ਼ ਦੇ ਵਿੱਚ ਜਦੋਂ ਬੋਲਦੇ ਆ ਤੇ ਬਹੁਤ ਸੋਹਣੇ ਲੱਗਦੇ ਆ। ਐਗਜ਼ੈਕਟਲੀ।